ਸਾਰਿਆਂ ਨੂੰ ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੇ ਨਹੀਂ ਠੀਕ ਤਾਂ ਅੱਜ ਦੀ ਵੀਡੀਓ ਦੇਖ ਕੇ ਠੀਕ ਹੋ ਜਾਓਗੇ ਤੇ ਜਿੱਦਾਂ ਕਿ ਤੁਸੀਂ ਸਾਨੂੰ ਕਿਹਾ ਸੀ ਅਸੀਂ ਪ੍ਰੋਮਿਸ ਕੀਤਾ ਸੀ ਤੁਸੀਂ ਬਹੁਤ ਰਿਕੁਐਸਟ ਕੀਤੀ ਸੀ ਸਾਨੂੰ ਮੈਸੇਜਸ ਵੀ ਆਏ ਸੀ ਕਿ ਇੱਥੇ ਸੈਨ ਜੌਨਸ ਨਿਊਫਾਊਂਡਲੈਂਡ ਦੇ ਵਿੱਚ ਕਿ ਲਾਇਸੈਂਸ ਦੀ ਵੀਡੀਓ ਬਣਾਓ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲਾਇਸੈਂਸ ਲਈ ਸਾਨੂੰ ਕੀ ਚਾਹੀਦਾ ਆ ਕੀ ਰਿਕੁਆਇਰਮੈਂਟਸ ਆ ਸਾਰਾ ਕੁਛ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਹਨੇ ਕਰ ਲਿਆ ਉਹਨਾਂ ਦਾ ਥੈਂਕ ਯੂ ਤੇ ਹੁਣ ਅਸੀਂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਓਕੇ ਸੋ ਇੱਥੇ ਲਾਇਸੈਂਸ ਦੇ ਟੂ ਸਿਨੇਰੀਓਜ਼ ਨੇ ਇੱਕ ਜਿਹੜਾ ਨਿਊ ਆ ਇੱਕ ਹੈਗਾ ਜਿਹਨਾਂ ਕੋਲ ਪਹਿਲਾ ਲਾਇਸੈਂਸ ਹੁੰਦਾ ਆ ਜੇ ਜਿੱਦਾਂ ਅਸੀਂ ਲਿਆ ਸੀਗਾ ਅਸੀਂ ਪਹਿਲੀ ਵਾਰ ਲਿਆ ਸੀਗਾ ਔਫਕੋਰਸ ਅਤੇ ਸਾਡਾ ਨਿਊ ਸੀਗਾ ਅਤੇ ਜਦੋਂ ਤੁਸੀਂ ਹੈ ਨਾ ਲਰਨਰਸ ਪਰਮਿਟ ਕਰਦੇ ਆ ਜਦੋਂ ਟੈਸਟ ਦਿੰਦੇ ਆ ਉਹ ਤੋਂ ਬਾਅਦ ਤੁਹਾਨੂੰ 8 ਮੰਥਸ ਦੀ ਵੇਟ ਕਰਨੀ ਪੈਂਦੀ ਆ ਉਹ ਤੋਂ ਬਾਅਦ ਫਿਰ ਤੁਸੀਂ ਰੋਡ ਟੈਸਟ ਕਰ ਸਕਦੇ ਆ ਜਦੋਂ ਤੁਹਾਡੇ ਲਾਈਕ 7 ਮੰਥਸ ਰਹਿ ਜਾਂਦੇ ਆ ਤੁਸੀਂ ਉਸ ਲਈ ਪ੍ਰਿਪੇਅਰ ਕਰ ਸਕਦੇ ਆ ਡਰਾਈਵਿੰਗ ਕਲਾਸਿਸ ਲੈਣ ਤਾਂ ਫਿਰ ਜਦੋਂ 8 ਮੰਥਸ ਹੋ ਗਏ ਉਹ ਤੋਂ ਬਾਅਦ ਫਿਰ ਉਹ ਰੋਡ ਟੈਸਟ ਕਰਨ ਦਿੰਦੇ ਆ ਸੀਗੀ 8 ਮੰਥਸ ਲਈ 8 ਮੰਥਸ ਲਈ ਸੀਗੀ ਜੇ ਤੁਸੀਂ ਹੈ ਨਾ ਜਿਹੜੇ ਇੱਥੇ ਡਰਾਈਵਿੰਗ ਸਕੂਲਸ ਹੁੰਦੇ ਆ ਉਹਨਾਂ ਕੋਲ ਤੁਸੀਂ ਕਲਾਸਿਸ ਲੈਣੀਆਂ ਆ ਦੈਨ ਯੂ ਕੈਨ ਟੇਕ ਦ ਰੋਡ ਟੈਸਟ ਆਫਟਰ 8 ਮੰਥਸ ਜੇ ਤੁਸੀਂ ਆਪਣੇ ਲਈ ਕਿਸੇ ਘਰ ਦੇ ਕੋਲ ਲੈਣਾ ਹੈ ਫਰੈਂਡ ਜਿਹੜਾ ਮਰਜ਼ੀ ਨਾ ਉਹਨਾਂ ਕੋਲ ਜਿਹਨਾਂ ਸਕੂਲ ਕਲਾਸਿਸ ਹੈ ਨਹੀਂ ਮਤਲਬ ਆਫੀਸ਼ੀਅਲੀ ਜਿਹੜੇ ਨਹੀਂ ਹੈਗੇ ਉਹਨਾਂ ਦੇ ਨਾਲ ਰੋਲ ਲੈਣਾ ਫਿਰ ਤੁਸੀਂ ਹੈ ਨਾ 1 ਈਅਰ ਬਾਅਦ ਕਰ ਸਕਦੇ ਆ ਤੇ ਜੇ ਤੁਸੀਂ ਮੰਨ ਲਓ ਕਿ ਹੁਣ ਜਨਵਰੀ ਚ ਗਿਆ ਸੀ ਤੁਸੀਂ ਜਿਹੜੀ ਹੁਣ ਅਗਲੀ ਵਾਰ ਜਨਵਰੀ ਆਊਗੀ ਅਗਲੇ ਸਾਲ ਬਾਅਦ ਤੁਸੀਂ ਫਿਰ ਦੇ ਸਕਦੇ ਆ ਤੇ ਬਟ ਅਫਕੋਰਸ ਆਈ ਥਿੰਕ ਕਿ ਡਰਾਈਵਿੰਗ ਸਕੂਲ ਦਾ ਬੈਟਰ ਹੁੰਦਾ ਹੈ ਕਿਉਂਕਿ ਤੁਹਾਨੂੰ ਸਿਰਫ 8 ਮੰਥਸ ਵੇਟ ਕਰਨੀ ਪੈਂਦੀ ਆ ਤਾਂ ਉਹ ਨਾਲੇ ਸਿਖਾਉਂਦੇ ਵੀ ਹਨ ਲਾਈਕ ਰੂਲਸ ਰੈਗੂਲੇਸ਼ਨ ਫੋਲੋ ਕਰਕੇ ਤੇ ਲਰਨਰਸ ਪਰਮਿਟ ਹੁੰਦਾ ਆ ਲਾਈਕ ਜਿੱਦਾਂ ਜਿਹੜਾ ਤੁਸੀਂ ਆਨਲਾਈਨ ਟੈਸਟ ਆਨਲਾਈਨ ਨਹੀਂ ਮਤਲਬ ਰਿਟਨ ਟੈਸਟ ਹੁੰਦਾ ਹੈ ਜਿਹੜਾ ਰੋਡ ਟੈਸਟ ਦੇਣ ਤੋਂ ਪਹਿਲਾਂ ਉਹ ਲਰਨਰਸ ਪਰਮਿਟ ਹੁੰਦਾ ਹੈ ਤੇ ਉਹ ਹੁਣ ਕੋਵਿਡ ਕਰਕੇ ਤੁਸੀਂ ਆਨਲਾਈਨ ਵੀ ਦੇ ਸਕਦੇ ਹੋ ਤੁਹਾਨੂੰ ਜਿਹੜੀ ਨਿਊਫਾਊਂਡਲੈਂਡ ਵਾਲਾ ਗਵਰਨਮੈਂਟ ਦਾ ਪੇਜ ਆ ਉੱਤੇ ਅਕਾਊਂਟ ਬਣਾਉਣਾ ਪੈਂਦਾ ਤੇ ਤੁਸੀਂ ਆਪਣਾ ਹੈਲਥ ਕਾਰਡ ਜਾਂ ਜੇ ਤੁਹਾਡੇ ਕੋਈ ਨਿਊਫਾਊਂਡਲੈਂਡ ਦੀ ਫੋਟੋ ਆਈਡੀ ਆ ਉਹ ਤੁਸੀਂ ਲਿੰਕ ਕਰਕੇ ਨਾਲ ਤੇ ਤੁਸੀਂ ਆਨਲਾਈਨ ਟੈਸਟ ਦੇ ਸਕਦੇ ਹੋ ਤਾਂ ਫਿਰ ਉਹ ਤੋਂ ਬਾਅਦ ਅਪਾਇੰਟਮੈਂਟ ਲੈ ਕੇ ਆਪਣੇ ਅਕਾਊਂਟ ਬਣਾਉਣਾ ਉਹਦੇ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਦੂੰਗੀ ਸੋ ਤੁਸੀਂ ਚੈੱਕ ਕਰਨਾ ਹੈ ਤੁਸੀਂ ਚੈੱਕ ਕਰ ਲਿਓ ਓਕੇ ਸੋ ਹੁਣ ਜਿਹੜਾ ਰਿਟਨ ਟੈਸਟ ਆ ਉਹ ਤੁਹਾਨੂੰ ਦੱਸਦੇ ਸੀ ਕਿੱਦਾਂ ਹੁੰਦਾ ਆ ਉਹ ਹੁੰਦਾ 2 ਪਾਰਟਸ ਵਿੱਚ ਡਿਵਾਈਡਡ ਹੁੰਦਾ ਆ ਫਰਸਟ ਪਾਰਟ ਹੁੰਦਾ ਆ ਜਿਹੜੇ ਸਾਰੇ ਰੋਡ ਸਾਈਨਸ ਹੁੰਦੇ ਆ ਉਹ ਹੁੰਦੇ ਆ ਤਾਂ ਉਹਨਾਂ 'ਚੋਂ ਤੁਸੀਂ ਪਹਿਲਾਂ ਉਹ ਕਰਨੇ ਆ ਪਾਰਟ ਏ ਉਹ ਤਾਂ ਫਿਰ ਪਾਰਟ ਬੀ ਹੁੰਦੀ ਆ ਜਨਰਲ ਨੌਲੇਜ ਜਿੱਦਾਂ ਕਿ ਤੁਸੀਂ ਜਿੱਦਾਂ ਸਪੀਡ ਕਿੰਨੀ ਆ ਇਸ ਰੋਡ 'ਤੇ ਹਾਈਵੇ 'ਤੇ ਕਿੰਨੀ ਸਪੀਡ ਹੈ ਇੱਦਾਂ ਸਾਰਾ ਉਹ ਕਰਨਾ ਹੁੰਦਾ ਆ ਅਤੇ ਜਿੱਥੇ ਸਾਡੇ ਜਿੱਥੇ ਔਫਿਸ ਜਿੱਥੇ ਕਰਦੇ ਹੁੰਦੇ ਆ ਰੋਡ ਟੈਸਟ ਤੁਸੀਂ ਉੱਥੇ ਜਾ ਕੇ ਤੁਸੀਂ ਸਟੱਡੀ ਕਰਨਾ ਚਾਹੁੰਦੇ ਇਸ ਵਾਸਤੇ ਉਹ ਬੁੱਕ ਦਿੰਦੇ ਹੁੰਦੇ ਆ ਤੁਸੀਂ ਉੱਥੇ ਜਾ ਕੇ ਤੁਸੀਂ ਉਹਨਾਂ ਤੋਂ ਮੰਗ ਸਕਦੇ ਆ ਕਿ ਅਸੀਂ ਰਿਟਨ ਟੈਸਟ ਦੇਣਾ ਆ ਕਿ ਸਾਨੂੰ ਬੁੱਕ ਚਾਹੀਦੀ ਆ ਸਟੱਡੀ ਕਰਨ ਲਈ ਤਾਂ ਫਿਰ ਉਹ ਲਾਈਕ ਦੇ ਦਿੰਦੇ ਹੁੰਦੇ ਆ ਆਈ ਥਿੰਕ ਸਾਡੇ ਇੱਥੇ ਅਸੀਂ ਸਾਡੇ ਕੋਲ ਸਾਡੇ ਮਾਊਂਟਪੁਰ ਪੈਂਦਾ ਆ ਉੱਥੇ ਜਾਂਦੇ ਸਾਨੂੰ ਫ੍ਰੀ ਦਿੰਦੇ ਆ ਕਈ ਬਿਲਡਿੰਗ ਵਿੱਚ ਪੈਸੇ ਲੱਗਦੇ ਹੁੰਦੇ ਆ ਸੀਨੀਅਰਸ ਨਹੀਂ ਲੱਗਦੇ ਹੁੰਦੇ ਡਿਪੈਂਡ ਕਰਦਾ ਤੁਸੀਂ ਕਿਹੜੀ ਸਿਟੀ 'ਚ ਨਿਊਫਾਊਂਡਲੈਂਡ ਦੇ ਵਿੱਚ ਅਸੀਂ ਮਾਊਂਟਪੁਰ ਜਾਂਦੇ ਹੁੰਦੇ ਆ ਸੋ ਉੱਥੇ ਅਸੀਂ ਜਿੱਥੇ ਲਈ ਸੀਗੀ ਉਹ ਫ੍ਰੀ ਕੋਸਟ ਸੀਗੀ ਤੇ ਤੁਸੀਂ ਆਨਲਾਈਨ ਵੀ ਕਰ ਸਕਦੇ ਆ ਕੁਇਜ਼ਿਸ ਪਾਈਆਂ ਹੁੰਦੀਆਂ ਤੁਸੀਂ ਉਹ ਵੀ ਕਰ ਸਕਦੇ ਆ ਉਹ ਐਗਜ਼ੈਕਟਲੀ ਸੇਮ ਹੁੰਦੇ ਆ ਉਹਦੇ ਵਾਂਗ ਤਾਂ ਤੁਸੀਂ ਉੱਥੇ ਵੀ ਪ੍ਰੈਕਟਿਸ ਕਰ ਸਕਦੇ ਆ ਜੇ ਤੁਸੀਂ ਅੱਜ ਜਾਂਦੇ ਆ ਤੁਸੀਂ ਰਿਟਨ ਟੈਸਟ ਕਰਦੇ ਆ ਤੁਸੀਂ ਫੇਲ ਹੋ ਜਾਂਦੇ ਆ ਤੇ ਇੱਦਾਂ ਨਹੀਂ ਆ ਕਿ ਤੁਹਾਨੂੰ ਉਸ ਦਿਨ ਦੇ ਤੁਹਾਨੂੰ ਪੇ ਕਰਨਾ ਪੈਣਾ ਆ ਯੂ ਕੈਨ ਗੋ ਨੈਕਸਟ ਡੇ ਤੁਸੀਂ ਇੱਦਾਂ ਨਹੀਂ ਆ ਕਿ ਤੁਸੀਂ ਸਵੇਰ ਨੂੰ ਗਏ ਤੁਸੀਂ ਸ਼ਾਮ ਨੂੰ ਫੇਲ ਚਲ ਜਾਓ ਨਹੀਂ ਤੁਸੀਂ ਅਗਲੇ ਦਿਨ ਜਾ ਸਕਦੇ ਆ ਅਤੇ ਜਿੰਨੇ ਤੱਕ ਤੁਸੀਂ ਪਾਸ ਨਹੀਂ ਕਰਦੇ ਉਸ ਲਈ ਉਹ ਪੇ ਕਰਨਾ ਪੈਂਦਾ ਆ ਪਰ ਮੈਂ ਤੁਸੀਂ ਜਿੰਨੀ ਵਾਰ ਜਦੋਂ ਤੁਸੀਂ ਪਾਸ ਹੁੰਦੇ ਆ ਉਦੋਂ ਤੁਹਾਨੂੰ ਪੇ ਕਰਨਾ ਪੈਂਦਾ ਲਾਇਸੈਂਸ ਅਪਲਾਈ ਕਰਨ ਲਈ ਓਦਾਂ ਨਹੀਂ ਪੇ ਕਰਨਾ ਪੈਣਾ ਜੇ ਤੁਸੀਂ ਫੇਲ ਹੋ ਜਾਂਦੇ ਆ ਤਾਂ ਸੋ ਦੂਜਾ ਸਿਨੇਰੀਓ ਇਹ ਆ ਕਿ ਜੇ ਤੁਹਾਡੇ ਕੋਲ ਕਿਸੇ ਵੀ ਹੋਰ ਕੰਟਰੀ ਦਾ ਲਾਇਸੈਂਸ ਹੈਗਾ ਤੁਸੀਂ ਰਿਟਨ ਟੈਸਟ ਦੇ ਦਿੱਤਾ ਆ ਤਾਂ ਤੁਸੀਂ ਉਹ ਦੂਜੇ ਦਿਨ ਭਾਵੇਂ ਤੁਸੀਂ ਉਹ ਦੇ ਸਕਦੇ ਰੋਡ ਟੈਸਟ ਦੇ ਸਕਦੇ ਆ ਜਦੋਂ ਸਾਰੇ ਕੁਐਸਚਨ ਪੁੱਛਦੇ ਹੁੰਦੇ ਆ
ਆਈ ਚੈੱਕ ਹੁੰਦਾ ਆ ਤਾਂ ਉੱਥੇ ਉਹ ਕਰਦੇ ਆ, ਤੁਹਾਨੂੰ ਪੁੱਛਦੇ ਆ ਕਿ ਤੁਸੀਂ ਸਾਡੇ ਕੋਲ ਪਹਿਲਾਂ ਵੀ ਹੋਰ ਕਿਸੇ ਕੰਟਰੀ ਦਾ ਲਾਇਸੈਂਸ ਹੈਗਾ ਆ, ਤੇ ਤੁਸੀਂ ਜੇ ਤੁਹਾਡੇ ਕੋਲ ਹੈਗਾ ਤੁਸੀਂ ਉੱਥੇ ਕਹਿਣਾ ਆ ਕਿ ਫਿਰ ਉਹਨਾਂ ਨੂੰ ਜਦੋਂ ਤੁਸੀਂ ਰੋਡ ਟੈਸਟ ਦੇਣ ਆਓਗੇ ਹਾਂ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਤੁਹਾਨੂੰ 8 months ਦੀ ਵੇਟ ਨਹੀਂ ਕਰਨੀ ਪਈ, ਤੁਸੀਂ ਹਾਂ 1-2 ਕਲਾਸਾਂ ਲੈ ਸਕਦੇ ਆ ਜਿੱਦਾਂ ਤੁਹਾਡੇ ਮਾਈਂਡ ਤੁਸੀਂ ਕੰਫਰਟੇਬਲ ਫੀਲ ਕਰਦੇ ਆ ਕਿ ਲਾਈਕ ਹਾਂ ਨਵੀਂ ਕੰਟਰੀ ਹੈ ਨਵੇਂ ਯੂ ਨੋ ਰੂਲਸ ਐਂਡ ਰੈਗੂਲੇਸ਼ਨ, ਤਾਂ ਕਿਉਂਕਿ ਲਾਈਕ ਜੇ ਹੁਣ ਆਪਾਂ ਐਗਜ਼ਾਮਪਲ ਲਈਏ ਇੰਡੀਆ ਦਾ ਤੇ ਇੱਥੇ ਸਾਈਡ ਦਾ ਵੀ ਫਰਕ ਆ, ਹਾਂ ਬਿਲਕੁਲ ਟੋਟਲੀ ਡਿਫਰੈਂਟ, ਉਹਦਾ ਵੀ ਰੂਲਸ ਡਿਫਰੈਂਟ ਆ, ਤੇ ਲਾਈਕ ਇੱਥੇ ਜਿੱਦਾਂ ਇੰਡੀਆ ਆ ਮਿਰਰ ਚੈੱਕ ਕਰਦੇ ਆ, ਇੱਥੇ ਨਿਗਾਹ ਇੱਥੇ ਸ਼ੋਲਡਰ ਚੈੱਕ, ਸੋ ਯੂ ਨੋ ਇੱਦਾਂ ਦੇ ਕਿੰਨੀਆਂ ਰੂਲਸ ਡਿਫਰੈਂਟ ਹੁੰਦੇ ਆ ਹਰੇਕ ਕੰਟਰੀ ਦੇ, ਤੇ ਸੋ ਯਾ 1-2 ਕਲਾਸ ਨੂੰ ਲੈ ਕੇ ਬੰਦਾ ਉਹ ਕਰ ਸਕਦਾ ਆ, ਦੂਜੇ ਅਗਲੇ ਦਿਨ ਜਾਂ ਲਾਈਕ ਹਫ਼ਤਾ ਮਹੀਨਾ ਰੋਕ ਕੇ ਟੈਸਟ ਦੇ ਸਕਦਾ ਆ, ਇੰਨਾ ਡਿਫੀਕਲਟ ਵੀ ਨਹੀਂ ਹੈਗਾ, ਰਿਟਨ ਟੈਸਟ ਵੀ ਲਾਈਕ ਇਟਸ ਸੋ ਈਜ਼ੀ, ਤੇ ਇੱਥੇ ਇੱਦਾਂ ਵੀ ਆ ਈਜ਼ੀ ਵੀ ਆ, ਤੇ ਨਾਲੇ ਜੇ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਹੈਗੀ ਮਤਲਬ ਸਟੂਡੈਂਟ ਲਈ ਨਹੀਂ ਹੈਗਾ, ਜਿੱਦਾਂ ਸੀਨੀਅਰਸ ਆ ਜਿਹੜੇ ਤੁਸੀਂ ਉਹਨਾਂ ਦੇ ਨਾਲ ਜਾ ਕੇ ਮਤਲਬ ਜੇ ਤੁਸੀਂ ਜਿੱਦਾਂ ਸੀਨੀਅਰ ਆ ਕਿਸੇ ਨੇ ਉਹਨੇ ਟੈਸਟ ਦੇਣਾ ਆ ਤਾਂ ਉਹ ਆਪ ਨਾਲ ਜਿੱਦਾਂ ਕਿਸੇ ਸਟੂਡੈਂਟ ਨੂੰ ਐਜ਼ ਅ ਟਰਾਂਸਲੇਟਰ ਲਿਜਾ ਸਕਦੇ ਆ ਤੇ ਉਹਨੂੰ ਟੈਸਟ ਦਾ ਟਰਾਂਸਲੇਸ਼ਨ ਕਰਾ ਕੇ ਕਰਵਾ ਸਕਦਾ ਹੈ, ਟੈਸਟ ਲਾਈਕ ਦੱਸ ਸਕਦਾ ਹੈ ਓਕੇ, ਸੋ ਰੋਡ ਟੈਸਟ ਤੁਸੀਂ ਜਾਂਦੇ ਆ ਤੁਹਾਨੂੰ ਵੈਲ ਜੇ ਤੁਸੀਂ ਡਰਾਈਵਿੰਗ ਸਕੂਲ ਕੀਤੀ ਆ ਤਾਂ ਉਹਨਾਂ ਤੁਹਾਨੂੰ ਪ੍ਰੋਸੈਸ ਦੱਸ ਦੇਣਾ ਆ, ਬਟ ਜਦੋਂ ਤੁਸੀਂ ਜਾਣਾ ਹੈ ਤੁਸੀਂ ਉਸ ਤੋਂ ਪਹਿਲਾਂ ਗਵਰਨਮੈਂਟ ਦੀ ਵੈਬਸਾਈਟ 'ਤੇ ਜਾ ਕੇ ਰੋਡ ਟੈਸਟ ਲਿਖਣਾ ਆ, ਤਾਂ ਉੱਥੇ ਤੁਸੀਂ ਪੇ ਕਰਨਾ ਪੈਣਾ ਰੋਡ ਟੈਸਟ ਲਈ, ਇਟਸ ਅਰਾਊਂਡ ਲਾਈਕ $80, ਅਤੇ ਤੁਸੀਂ ਜਿਹੜੀ ਉਹ ਰਸੀਦ ਆ ਪੇ ਆ ਤੁਸੀਂ ਉਹਨੂੰ ਸਾਰੀ ਪ੍ਰਿੰਟ ਕਰਕੇ ਨਾਲ ਲੈ ਕੇ ਜਾਣੀ ਆ, ਬਿਕੋਜ਼ ਜੋ ਤੁਹਾਡਾ ਐਗਜ਼ਾਮੀਨੇਟਰ ਹੋਊਗਾ ਉਹਨੂੰ ਤੁਸੀਂ ਦਿਖਾਉਣੀ ਆ, ਉਹਨੂੰ ਤੁਸੀਂ ਦਿਖਾਉਣੀ ਆ ਤਾਂ ਉਹਨੇ ਦੇਖ ਕੇ ਫਿਰ ਤੁਹਾਨੂੰ ਰੋਡ ਟੈਸਟ ਲੈ ਕੇ ਜਾਣਾ ਆ, ਅਤੇ ਜਿਹੜਾ ਦੂਜਾ ਪਾਰਟ ਹੁੰਦਾ ਉਧਰ ਲੈ ਕੇ ਜਾਣਾ ਹੈ, ਜੇ ਤੁਸੀਂ ਪਾਰਕਿੰਗ ਫੇਲ ਕਰ ਗਏ ਫਿਰ ਤੁਹਾਨੂੰ ਦੁਆਰਾ ਚ ਹੀ ਸਾਰਾ ਟੈਸਟ ਰੋਡ ਟੈਸਟ ਦੁਆਰਾ ਚ ਅਪਾਇੰਟਮੈਂਟ ਲੈਣੀ ਪੈਣੀ, ਪਲੱਸ ਫੀਸ ਵੀ ਦੁਆਰਾ ਚ ਪੇ ਕਰਨੀ ਪੈਂਦੀ ਰੋਡ ਟੈਸਟ, ਜੇ ਤੁਸੀਂ ਹੈ ਨਾ ਜੇ ਤੁਸੀਂ ਪਾਰਕਿੰਗ ਪਾਸ ਕਰ ਲੈਂਦੇ ਹੋ, ਪਾਰਕਿੰਗ ਪਾਸ ਕਰਨ ਤੋਂ ਬਾਅਦ ਜੇ ਤੁਹਾਨੂੰ ਉਹਨੇ ਰੋਡ 'ਤੇ ਲੈ ਕੇ ਜਾਣਾ ਆ, ਤਾਂ ਜੇ ਤੁਸੀਂ ਉਹ ਵਾਲੇ ਰੋਡ ਵਾਲੇ ਪਾਸੇ ਤੋਂ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਜੇ ਤੁਸੀਂ ਅਗਲੀ ਵਾਰੀ ਆਉਂਗੇ ਦੁਆਰਾ 'ਚ ਤੁਹਾਨੂੰ ਉਹਨੇ ਪਾਰਕਿੰਗ ਨਹੀਂ ਲਗਾ ਕੇ ਦੇਖਣੀ, ਓਨਲੀ ਤੁਹਾਨੂੰ ਰੋਡ 'ਤੇ ਲੈ ਕੇ ਪਾਰਕਿੰਗ 'ਚ ਤੁਸੀਂ ਪਾਸ ਹੋ ਗਏ ਤਾਂ ਤੁਹਾਨੂੰ ਦੁਆਰਾ ਤਾਂ ਅਸੀਂ ਤੁਹਾਨੂੰ ਜਿਹੜਾ ਪੇਪਰ ਦੇ ਦੂਗੇ ਜਿੱਥੇ ਲਿਖਿਆ ਹੁੰਦਾ ਆ ਯੂ ਪਾਸ ਦੇ ਪਾਰਕਿੰਗ, ਅਤੇ ਜੇ ਤੁਸੀਂ ਅਗਲੀ ਵਾਰ ਜਾਓਗੇ ਤੁਸੀਂ ਐਗਜ਼ਾਮੀਨੇਟਰ ਨੂੰ ਉਹ ਦਿਖਾ ਦੇਣੀ ਆ, ਤਾਂ ਫਿਫਥ ਕੋਰਸ ਨੂੰ ਪਤਾ ਲੱਗ ਜਾਣਾ ਤੁਸੀਂ ਪਾਰਕਿੰਗ ਪਾਸ ਕਰ ਲਈ, ਯੂ ਡੋਂਟ ਨੀਡ ਟੂ ਡੂ ਇਟ ਟਵਾਈਸ, ਸੋ ਹੀ ਵਿਲ ਟੇਕ ਯੂ ਓਨਲੀ ਫੋਰ ਦਾ ਰੋਡ ਓਕੇ, ਸੋ ਜੇ ਹੁਣ ਤੁਸੀਂ ਰੋਡ ਟੈਸਟ ਪਾਸ ਕਰ ਗਏ ਆ ਤਾਂ ਉਹਨੇ ਤੁਹਾਨੂੰ ਮੋਟਰਾਈਜੇਸ਼ਨ 'ਚ ਜਾ ਕੇ ਉਹਨੇ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਪਾਸ ਆ ਜਾਂ ਫੇਲ ਆ, ਜੇ ਤੁਸੀਂ ਪਾਸ ਆ ਤਾਂ ਫਿਰ ਤੁਹਾਨੂੰ ਉਹਨੇ ਆਫਿਸ ਲੈ ਜਾਣਾ, ਅਤੇ ਉੱਥੇ ਵੀ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਆ, ਇਟਸ ਅਬਾਊਟ $200, ਤਾਂ ਉਹ ਤੁਹਾਨੂੰ ਪੇ ਕਰਨੀ ਪੈਣੀ ਆ, ਅਤੇ ਫਿਰ ਉਹਨੇ ਤੁਹਾਡੇ ਸਾਰੀ ਇਨਫੋਰਮੇਸ਼ਨ ਲੈ ਲੈਣੀ, ਤੁਹਾਡਾ ਘਰ ਦਾ ਐਡਰੈਸ ਲੈ ਲੈਣਾ, ਐਂਡ ਆਲਸੋ ਫੋਰ ਦਾ ਇੰਸ਼ੋਰੈਂਸ, ਜੇ ਤੁਸੀਂ ਡਰਾਈਵਿੰਗ ਕਲਾਸਿਸ ਲਈਆਂ ਆ ਤਾਂ ਅਸੀਂ ਇਹ ਰਿਕਮੈਂਡ ਕਰਦੇ ਹਾਂ ਜੇ ਤੁਸੀਂ ਡਰਾਈਵਿੰਗ ਸਕੂਲ ਤੋਂ ਆ ਤੁਸੀਂ ਜਿਹੜੀ ਕਲਾਸ ਲੈਂਦੀ ਆ ਉਹ ਵਾਲੇ ਡਰਾਈਵਿੰਗ ਸਕੂਲ ਵਾਲੇ ਉਹ ਵੀ ਕਰਾਉਂਦੇ ਹੁੰਦੇ ਆ, ਕਲਾਸਿਸ ਲਾਉਂਦੇ ਹੁੰਦੇ ਆ, 4 classes ਹੁੰਦੀਆਂ ਆ, ਅਤੇ ਉਹ ਜੇ ਤੁਸੀਂ ਕਲਾਸਿਸ ਲਾਉਂਦੇ ਆ ਅਤੇ ਫਿਰ ਜੇ ਤੁਹਾਨੂੰ ਤੁਸੀਂ ਸਾਰਾ ਲਾਇਸੈਂਸ ਪਾਸ ਕਰਦੇ ਹੋ ਰੋਡ ਟੈਸਟ ਕਰਦੇ ਹੋ ਤੁਹਾਨੂੰ ਇੱਕ ਸਰਟੀਫਿਕੇਟ ਦਿੰਦੇ ਆ, ਉਹ ਜਦੋਂ ਤੁਸੀਂ ਆਪਣੀ ਇੰਸ਼ੋਰੈਂਸ ਪੇ ਕਰਨੀ ਆ ਤੁਸੀਂ ਜਿਹੜੇ ਇੰਸ਼ੋਰੈਂਸ ਕੰਪਨੀ ਹੁੰਦੀ ਆ ਉਹਨਾਂ ਨੂੰ ਸਰਟੀਫਿਕੇਟ ਤੁਸੀਂ ਦਿਖਾਓਗੇ ਤਾਂ ਤੁਹਾਡੀ ਲੈਸ ਹੋਊਗੀ ਜਿਹੜੀ ਆਫਕੋਰਸ ਐਕਚੁਅਲ ਪ੍ਰਾਈਜ਼ ਹੁੰਦਾ, ਬਿਕੋਜ਼ ਜੇ ਤੁਸੀਂ ਨਿਊ ਆ ਤੁਸੀਂ ਪਹਿਲੀ ਵਾਰ ਕਰਾਉਣ ਲੱਗੇ ਆ ਇੱਥੇ ਬਹੁਤ ਐਕਸਪੈਂਸਿਵ ਹੁੰਦੀ ਆ, ਸੋ ਜਿਹੜੀ ਉਹ ਵਾਲਾ ਹੁੰਦਾ ਆ ਸਰਟੀਫਿਕੇਟ ਉਹ ਬਹੁਤ ਹੈਲਪ ਕਰਦਾ ਆ ਤਾਂ ਬਹੁਤ ਰਿਡਿਊਸ ਹੋ ਜਾਂਦੀ ਆ, ਸੋ ਅਸੀਂ ਇਹ ਰਿਕਮੈਂਡ ਕਰਾਂਗੇ ਤੁਸੀਂ ਲੈ ਲਿਓ ਜੇ ਤੁਸੀਂ ਡਰਾਈਵਿੰਗ ਸਕੂਲ ਤੋਂ ਲਾਇਸੈਂਸ ਲੈਂਦੇ ਪਏ ਆ ਤਾਂ ਜੇ ਸਰਟੀਫਿਕੇਟ ਵੀ ਲੈ ਲਓ ਤਾਂ ਇਟ ਵਿਲ ਬੀ ਹੈਲਪਫੁਲ ਫੋਰ ਯੂ ਗਾਈਸ, ਤੇ ਉਦਾਂ ਵੀ ਜੇ ਆਪਾਂ ਕਲਾਸਿਸ ਲੈ ਕੇ ਸਰਟੀਫਿਕੇਟ ਮਤਲਬ ਟੈਸਟ ਦਿੰਦੇ ਆ ਤਾਂ ਚਾਂਸਿਸ ਜ਼ਿਆਦਾ ਹੁੰਦੇ ਆ ਪਾਸ ਹੋਣ ਦੇ, ਲਾਇਸੈਂਸ ਬਾਰੇ ਅਸੀਂ ਆਪਣੇ ਜਿੱਤੇ ਸਾਰੇ ਕੁਝ ਦੱਸ ਦਿੱਤਾ, ਬਟ ਜੇ ਕੋਈ ਹੋਰ ਵੀ ਪ੍ਰਸ਼ਨ ਹੋਇਆ ਤਾਂ ਡੀਐਮ ਕਰਦੇ ਸਾਨੂੰ ਜਾਂ ਕਮੈਂਟ ਬਿਲੋ ਜਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜ਼ਰੂਰ, ਸ਼ੇਅਰ ਵੀ ਜ਼ਰੂਰ ਕਰ ਦਿਓ, ਤੇ If you find this video informative, please do subscribe and we'll see you guys in the next video. And until then, bye.